ਯਾਤਰਾ ਤੇ ਜਾ ਰਿਹਾ, ਪਰਨਾ ਬਣਨਾ ਜ਼ਰੂਰੀ ਹੈ। ਲਓ ਜੀ, ਫਾਈਨਲੀ ਪਹੁੰਚ ਚੁੱਕਿਆ ਸੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ। ਹਾਂਜੀ ਗਾਈਸ, ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ ਹੋਈ? ਹੋਪ ਕਰਦਾ ਕਿ ਸਾਰੇ ਘੈਂਟ ਹੋਵੋਗੇ, ਅਤੇ ਮੈਂ ਵੀ ਬਹੁਤ ਜ਼ਿਆਦਾ ਘੈਂਟ ਹਾਂ। ਸੋ ਪਹਿਲੇ ਨੰਬਰ 'ਤੇ ਮੈਂ ਤੁਹਾਡੇ ਤੋਂ ਸਾਰਿਆਂ ਦਾ ਮਾਫੀ ਮੰਗਦਾ ਕਿ ਵਲੋਗ ਇੰਨੀ ਜ਼ਿਆਦਾ ਲੇਟ ਪਾ ਰਿਹਾ। ਸੋ ਕਾਫੀ ਮੇਰੇ ਸਬਸਕ੍ਰਾਈਬਰ ਕਹਿੰਦੇ ਸੀ ਵੀਰੇ ਯਾਰ ਤੁਸੀਂ ਵਲੋਗ ਨਹੀਂ ਪਾਉਂਦੇ। ਮੈਂ ਕਿਹਾ ਯਾਰ ਵੀਰੇ ਘਰ ਆਉਂਦੇ ਹਾਂ, ਕਿਤੇ ਜਾਂਦੇ ਹੀ ਨਹੀਂ ਹੈਗੇ। ਅਤੇ ਜਿੱਥੇ ਅਸੀਂ ਜਾਣਾ ਸੀਗਾ ਇੱਕ ਮਹੀਨੇ ਤੋਂ ਅਸੀਂ ਤਿਆਰੀ ਕਰ ਰਹੇ ਸੀਗੇ, ਅਤੇ ਫਾਈਨਲੀ ਅੱਜ ਉਹ ਦਿਨ ਆ ਗਿਆ। ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਅਸੀਂ। ਅਤੇ ਅਸੀਂ ਚੱਲੇ ਹਾਂ ਜੀ ਯਾਤਰਾ ਸ਼੍ਰੀ ਹੇਮਕੁੰਟ ਸਾਹਿਬ 'ਤੇ। ਇਹ ਮੇਰੀ ਦੂਜੀ ਯਾਤਰਾ ਹੈ, ਅਤੇ ਪਹਿਲਾਂ ਅਸੀਂ ਪਿਛਲੇ ਸਾਲ ਵੀ ਗਏ ਸੀਗੇ, ਅਤੇ ਬਾਕੀ ਮੈਂ ਰਾਜਪੁਰੇ ਆ ਚੁੱਕਿਆ। ਇਹ ਵਲੋਗ ਹੋਣਾ ਜੀ ਰਾਜਪੁਰੇ ਤੋਂ ਸ਼ੁਰੂ, ਅਤੇ ਜਾ ਕੇ ਖਤਮ ਹੋਣਾ ਹੈ ਰਿਸ਼ੀਕੇਸ਼। ਸੋ ਚੈਨਲ ਫਟਾਫਟ ਸਬਸਕ੍ਰਾਈਬ ਕਰ ਲਓ, ਅਤੇ ਅੱਜ ਦਾ ਵਲੋਗ ਇਹ ਬਹੁਤ ਹੀ ਜ਼ਿਆਦਾ ਘੈਂਟ ਹੋਣ ਵਾਲਾ, ਅਤੇ ਬਾਕੀ ਮੇਰੇ ਨਾਲ ਦੇ ਆ ਜਾਣ, ਫਿਰ ਅਸੀਂ ਆਪਣਾ ਸਫ਼ਰ ਕੰਟੀਨਿਊ ਕਰਾਂਗੇ। ਅਤੇ ਬਾਕੀ ਝੋਟਾ ਆਪਣਾ ਰੈਡੀ ਹੈ, ਅਤੇ ਜਿਹੜੇ ਵੀਰ ਭਰਾ ਸਾਰੇ ਯਾਤਰਾ 'ਤੇ ਜਾਂਦੇ ਨੇ ਆ ਫੱਟਾ ਜ਼ਰੂਰ ਲਵਾ ਲਿਓ, ਅਤੇ ਇੱਥੇ ਬੈਗ ਰੱਖਿਆ ਆਰਾਮ ਨਾਲ ਢੂਹ ਲਾ ਕੇ ਜਾਓ, ਇਹਦਾ ਬੈਨੀਫਿਟ ਬਹੁਤ ਜ਼ਿਆਦਾ ਹੈ। ਬਾਕੀ ਬਸ ਨਾਲ ਦੇ ਆ ਜਾਣ, ਅਤੇ ਫਿਰ ਅਸੀਂ ਵੱਧਦੇ ਹਾਂ ਆਪਣੇ ਅਗਲੇ ਸਫ਼ਰ ਵੱਲ ਨੂੰ। ਨਾਲ ਦੇ ਆ ਚੁੱਕਿਆ ਸਾਰੇ, ਆਏ ਮੁੰਡਿਓ ਰੈਡੀ ਆ ਕੰਮ ਫਿਰ? ਹੋਰ ਵੀ ਸ਼ਿੰਪੂ ਵੀਰੇ ਕੀ ਹਾਲ ਆ? ਹੋਰ ਕਿਵੇਂ ਆ? ਠੀਕ ਆ? ਹੋਰ ਵੀ ਕਿਵੇਂ ਆ? ਠੀਕ ਆ? ਹੋਰ ਵੀ ਠੀਕ ਹੈ? ਹੋਰ ਬਾਕੀ ਕਿਸੇ ਨਾਲ ਦੇ? ਲੈ ਮੁੰਡਿਆ ਬੈਗ ਸਾਰੇ ਰੈਡੀ ਨੇ? ਓਕੇ ਆ ਸਾਰਿਆਂ ਦਾ ਬੈਗ? ਬੈਗਾਂ ਦੀ ਸੈਟਿੰਗ ਹੋ ਰਹੀ ਹੈ, ਸਫ਼ਰ ਲੰਬਾ, ਬੈਗਾਂ ਦੀ ਸੈਟਿੰਗ ਟਾਈਟ ਕਰਨੀ ਪੈਣੀ ਹੈ। ਮੇਨ ਬੈਗ ਜ਼ਰੂਰੀ ਨੇ ਕਿ ਸਾਰੇ ਨਾਲ ਦੇ ਆਪਣੇ ਰੈਡੀ ਆ। ਪੰਜ ਮੋਟਰਸਾਈਕਲ 10 ਬੰਦੇ ਆ ਜੀ, ਪਿਛਲੀ ਵਾਰ ਵੀ ਆਪਾਂ 10 ਹੀ ਗਏ ਸੀਗੇ, ਹਾਂ ਇਸ ਵਾਰ ਵੀ 10 ਨੇ ਪੂਰੇ ਨਾਲ ਦੇ ਬੰਦੇ ਆ। ਉਹ ਹੁਣ ਸਟਾਰਟ ਹੋਈ ਵੀਡੀਓ, ਯਾਤਰਾ ਤੇ ਜਾ ਰਿਹਾ, ਪਰਨਾ ਬਣਨਾ ਜ਼ਰੂਰੀ ਹੈ, ਉਹਦੇ ਬਿਨਾਂ ਫਿਰ ਯਾਤਰਾ ਜ਼ਿੰਦਗੀ ਲੱਗਦੀ ਹੈ। ਸਹੀ ਗੱਲ ਹੈ, ਸਹੀ ਗੱਲ। ਬਾਕੀ ਨਾਲ ਦੇ ਖਾ ਸਾਰੇ ਆਪਣੇ ਰੈਡੀ ਨੇ, ਬੈਗਾਂ ਬੁੱਕਾਂ ਦੀ ਸਭ ਦੀ ਓਕੇ ਰਿਪੋਰਟ ਹੈ। ਹੋਰ ਮੈਂ ਪਹਿਲੀ ਤਾਂ ਕਹਿੰਦਾ ਸਾਰੇ ਆਹੀ ਲਵਾ ਲਿਓ, ਆਰਾਮ ਨਾਲ ਜਿਵੇਂ ਮਰਜ਼ੀ ਧੂ ਲਾ ਕੇ ਤਾਂ ਜਾਊਗਾ ਬੰਦਾ। ਬਾਈਕ ਪੂਰਾ ਰੀਝ ਨਾਲ ਤਿਆਰ ਕਰਾਇਆ, ਕਿੰਨੇ ਵਾਲਾ ਮੁੰਡਾ ਕਿੰਨੇ ਵਜੇ ਦਾ ਕਿਹਾ ਸੀ? 5 ਵਜੇ ਦਾ। ਕਿੰਨੇ ਵਜੇ ਨਿਕਲੇ? 7:30 ਵਜੇ। ਤੂੰ ਮੈਨੂੰ ਕਦੇ ਕਿਹਾ? ਤੂੰ ਮੈਂ ਰਾਤੀ ਕਹਿ ਨਹੀਂ, ਕੱਲ ਮੈਂ ਕਿਹਾ ਪਰਨੇ ਚੱਕ ਲੋ ਯਾਰ, ਪਰਨੇ ਚੱਕ ਲੈ। ਤਿੰਨ ਚਾਰ ਤਾਂ ਚਾਹੀਦੇ ਸੀਗੇ ਜ਼ਰੂਰ। ਇਹਦੇ ਕੋਲ
ਬਾਕੀ ਸਾਰੇ ਤਿਆਰ ਤੋਂ ਤਿਆਰ ਖੜੇ ਨੇ ਹੁਣ ਖਿੱਚਦੇ ਹੁਣ ਕੰਮ ਬਸ ਓਕੇ ਰੈਡੀ ਆ ਤੂੰ ਵੀ ਬਣਾਉਣਾ ਹੁਣ ਚੱਲ ਬਣਾ ਲਾ ਫਿਰ ਰਸਤੇ 'ਚ ਔਖੇ ਹੋਵਾਂਗੇ ਫਿਰ ਉਹ ਨਿੱਕਾ ਰਹਿ ਗਿਆ ਤੇ ਬਣ ਰਿਹਾ ਬਾ ਬੰਨਣ ਰਹਿਣ ਦੋ ਬਸ ਹੁਣ ਰੁਕੇ ਸੀਗੇ ਅਸੀਂ ਜਗਾਤਰੀ ਅਤੇ ਮੁੰਡਾ ਦੇ ਬੈਗ ਨਹੀਂ ਸੈੱਟ ਆ ਰਹੇ ਅਤੇ ਬੈਗ ਇਹਨਾਂ ਦੇ ਗਿਰਨ ਵਾਲੇ ਹੋ ਗਏ ਸੀਗੇ ਹੁਣ ਬੈਗ ਸੈੱਟ ਕਰ ਰਹੇ ਨੇ ਬੈਗ ਸੈੱਟ ਕਰ ਦਈਏ ਅਤੇ ਆਪਣੇ ਦੋ ਬੰਦੇ ਹਜੇ ਪਿੱਛੇ ਨੇ ਉਹ ਆਏ ਨਹੀਂ ਉਹ ਆ ਜਾਣ ਤੇ ਲਓ ਜੀ ਫਾਈਨਲੀ ਪਹੁੰਚ ਗਏ ਗੁਰੂ ਨਾਨਕ ਢਾਬੇ 'ਤੇ ਸੋ ਪਿਛਲੀ ਵਾਰ ਵੀ ਅਸੀਂ ਇੱਥੇ ਰੁਕੇ ਸੀਗੇ ਰੋਟੀ ਪਾਣੀ ਖਾਧੀ ਸੀਗੀ ਅਤੇ ਹੁਣ ਨਾਲ ਦੇ ਸਾਰੇ ਆ ਚੁੱਕੇ ਆ ਨਾਲ ਦੇ ਪਹਿਲਾਂ ਥੋੜ੍ਹਾ ਆ ਚੁੱਕੇ ਸੀਗੇ ਘੰਟਾ ਪਹਿਲਾਂ ਅਤੇ ਅਸੀਂ ਹੁਣ ਪਹੁੰਚਿਆ ਇੱਥੇ ਖਾਵਾਂਗੇ ਆਪਾਂ ਰੋਟੀ ਪਾਣੀ ਅਤੇ ਚਾਹ ਚੂਹ ਪੀਵਾਂਗੇ ਥੋੜ੍ਹੀ ਰੈਸਟ ਕਰਾਂਗੇ ਆਵਾ ਸਫ਼ਰ ਆਪਾਂ ਲੰਘ ਗਏ ਅੱਗੇ ਆਏ ਮੁੰਡਿਓ ਲੱਗਿਆ ਫਿਰ ਭੁੱਖ ਹੋਰ ਫਿਰ ਇਹਦੇ ਰੋਟੀ ਬੜੀ ਘੈਂਟ ਹੁੰਦੀ ਹੈ ਯਾਰ ਇੱਕ ਦਾਲ ਬਹੁਤ ਘੈਂਟ ਬਣਾਉਂਦੇ ਨੇ ਸੋ ਜਿਹੜੇ ਮੇਰੇ ਵੀਰ ਯਾਤਰਾ 'ਤੇ ਜਾਂਦੇ ਨੇ ਇੱਥੇ ਜ਼ਰੂਰ ਰੋਕ ਕੇ ਜਾਇਓ ਗੁਰੂ ਨਾਨਕ ਢਾਬੇ 'ਤੇ ਸੋ ਚਲੋ ਬਾਕੀ ਰੋਟੀ ਔਡਰ ਦਿੰਦੇ ਹਾਂ ਚਾਹ ਚੂਹ ਪੀਏ ਪਹਿਲਾਂ ਸ਼ਗੋ ਮੁੰਡਿਓ ਦੋ ਦੋ ਖਾਲੋ ਫਿਰ ਅੱਗੇ ਆ ਕੇ ਪਰੌਂਠੇ ਖਾਂਦੇ ਆ ਸਲਾਦ ਤਾਂ ਲੈ ਆਣੀ ਹੈ ਮਿਕਸ ਸਬਜ਼ੀ ਰੋਟੀ ਪਾਣੀ ਖਾ ਕੇ ਚਾਹ ਪਾਣੀ ਛੱਕ ਕੇ ਤੇ ਚੱਲਿਆ ਮੁੰਡੇ ਅਗਲੇ ਸਫ਼ਰ ਵੱਲ ਤੇ ਇਸ ਤੋਂ ਬਾਅਦ ਹੁਣ ਸਿੱਧਾ ਹਰਿਦੁਆਰ ਆਪਾਂ ਜਾ ਕੇ ਸਟੇ ਕਰਾਂਗੇ ਅਤੇ ਉੱਥੇ ਜਾ ਕੇ ਗੰਗਾ ਨਦੀ ਇਸ਼ਨਾਨ ਕਰਾਂਗੇ ਅਤੇ ਬਾਕੀ ਸਾਰੇ ਸੈੱਟ ਕਰ ਰਿਹਾ ਬੈਗ ਵਗੈਰਾ ਆਪਣਾ ਹਰਿਦੁਆਰ ਹੀ ਹੁਣ ਜਾ ਕੇ ਆਪਾਂ ਨਹਾਵਾਂਗੇ ਥੱਲੇ ਪਾਣੀ ਨਾਲ ਇਸ਼ਨਾਨ ਕਰਾਂਗੇ ਉੱਥੇ ਅਸੀਂ ਗਰਮੀ ਬਹੁਤ ਹੈ ਜਿਹੜਾ ਠੰਡੇ ਵੇਲੇ ਵਾਲਾ ਸਫ਼ਰ ਸੀਗਾ ਅਸੀਂ ਕੱਢਿਆ 100 ਕਿਲੋਮੀਟਰ ਵਾਲੇ ਸਫ਼ਰ ਕਰਤਾ ਅਤੇ 100 ਕਿਲੋਮੀਟਰ ਹੋਰ ਰਹਿ ਗਿਆ ਹਰਿਦੁਆਰ ਦਾ ਬਾਕੀ ਰੋਟੀ ਪਾਣੀ ਚੱਲ ਲਈ ਰੋਟੀਆਂ ਬਹੁਤ ਘੈਂਟ ਸੀ ਅਤੇ ਤੁਸੀਂ ਸਾਰੇ ਯਾਤਰਾ 'ਤੇ ਆਉਂਦੇ ਜ਼ਰੂਰ ਇੱਥੇ ਰੋਕ ਕੇ ਜਾਇਓ ਅਤੇ ਗੁਰੂ ਨਾਨਕ ਢਾਬਾ ਹੈ ਇਹ
ਚਲੋ ਫਿਰ ਕੱਢੋ ਟਾਈਮ ਨਾਲ, ਅਸੀਂ ਦੁਪਹਿਰ ਕਰਾ ਲੈਣੀ ਹੈ। ਚਲੋ 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 ਚੱਲ ਚੱਲ ਚੱਲ, ਉਹੀ ਨਹੀਂ ਬੈਗ ਦੀ ਸੈਟਿੰਗ ਹੈ ਜੀ। ਚੱਲ ਹੈ ਕਿਹੜਾ ਫੋਨ ਬੈਠਣ ਦੇ ਮੈਨੂੰ। ਚਲੋ ਫਿਰ ਯਾਰ, ਕੋੜਾ ਸਾਰੇ ਭੱਜ ਗਏ ਯਾਰ, ਮੈਂ ਕਿਹਾ ਇੱਕ ਗਰੁੱਪ ਫੋਟੋ ਲਾ ਲੈਂਦੇ ਇੱਥੇ, ਆਪਣਾ ਸਹੀ ਹੈ ਯਾਰ ਇੱਥੇ ਆ ਪਿੱਛੇ, ਵਧੀਆ ਬੈਗ ਰੱਖਦੇ ਹਾਂ ਤੂੰ ਲਾਗਰ ਨਿਆਰੇ ਨਾਲ ਜਾਵਾਂ ਜਿਹੜੇ ਘਰੇ ਤੇ ਆਉਂਦਾ ਮੈਨੂੰ ਸੋਚੇ ਨਾਲ, ਇਹਦਾ ਫਾਇਦਾ ਬਹੁਤ ਆ ਬਾਈ ਫੱਟੇ ਨਾਲ, ਜਿਹੜੇ ਯਾਤਰਾ 'ਤੇ ਆਉਂਦਾ ਨਾ ਭਰਾ ਸਾਰੇ, ਫੱਟੇ ਜ਼ਰੂਰ ਲਵਾ ਕੇ ਆਓ ਯਾਰ ਬੈਗ ਸਾਈਡ, ਆਰਾਮ ਨਾਲ ਬੈਗ ਰੱਖ ਕੇ ਸਵਾਦ ਬਹੁਤ ਆਉਂਦਾ, ਜਿਵੇਂ ਮਰਜ਼ੀ ਜਾਓ ਨਾ ਥਕਾਵਟ ਹੁੰਦੀ ਆ ਬਿਲਕੁਲ ਵੀ। ਦੋ ਦੋ ਸੌ ਰੁਪਏ ਦੀ ਗੱਲ ਹੈ, ਫਾਇਦਾ ਬਹੁਤ ਆ ਇਸ ਚੀਜ਼ ਦਾ, ਇੰਨਾ ਲੰਬਾ ਸਫ਼ਰ ਹੈ ਨਾ ਵਧੀਆ ਲੰਘਦਾ ਯਾਰ। ਚਲੋ ਫਿਰ ਆਇਓ ਆਇਓ ਆਇਓ, ਇੱਧਰ ਲਿਆਓ ਹੀ ਲਿਆਓ 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 ਹੀ ਲਿਆਓ ਲਿਆਓ ਹੀ ਲਿਆਓ। ਹੁਣ ਉਹ ਸਟੀਲ 'ਚ ਅਸੀਂ ਅਤੇ ਗਰਮੀ ਬਹੁਤ ਹੈ, ਪੀਲਾ ਲੰਘਾ ਮਿਲਿਆ ਸਾਨੂੰ ਮਸਾਂ ਹੀ ਮਾਉਣ ਦੇ ਨਹੀਂ ਤਾਂ ਗਰਮੀ 'ਚ ਬੁਰੇ ਹਾਲ ਹੋ ਜਾਂਦੇ, ਪਾਣੀ ਭਰਨ ਨੂੰ ਨਹੀਂ ਕਿਤੇ ਸਿਸਟਮ, ਇੱਧਰ ਦਾ ਆ ਕੇ ਪਾਣੀ ਦਾ ਸਿਸਟਮ ਹੀ ਨਹੀਂ ਮਿਲਦਾ, ਛੱਕ ਛੱਕ ਬੜਾ ਔਖਾ ਇੱਧਰ ਦਾ ਯਾਰ, ਆਪਣਾ ਪੰਜਾਬ ਹੀ ਆ ਕਿਹੜਾ ਪਾਣੀ ਦੀ ਸੇਵਾ ਕਰਦਾ, ਇੱਧਰ ਦਾ ਲੋਕੀ ਤਰਸਦੇ ਨੇ ਤਰਸਦੇ, ਕਿ ਨਾਲ ਦੇ ਆਪਣੇ ਆਹ ਲੱਗੇ ਨੇ। ਹਾਂ ਮੁੰਡੋ ਕਿਵੇਂ ਲੱਗ ਰਿਹਾ, ਗਰਮੀ ਠੰਡੀ ਠੰਡੀ ਸਪੀਲ ਪੀ ਗਏ, ਗੈਸ ਵੀ ਬੜੀ ਲੱਗੀ ਹੋਈ ਹੈ। ਚਲੋ ਫਿਰ ਕੀ ਚੱਕਰ, ਜਲਦੀ ਨੀ ਪਹੁੰਚਣਾ, ਉਹ ਯਾਰ ਰਾਣਾ ਮੈਂ ਸਵਾਲ ਨਾ ਚੱਲੋ ਕੋਈ ਚੱਕਰ ਨਹੀਂ ਹੈਗਾ, ਇੱਕ ਵਾਰੀ ਇੰਟਰਸੀ ਲੋਕ ਨੇ ਬੈਠੇ ਰਹਾਂਗੇ ਪਾਉਂਦੇ, ਆਰਾਮ ਨੋਰਮਲ ਸਪੀਡ ਰੱਖੋ, ਆਰਾਮ ਨਾਲ ਸਵਾਲ ਨਾ ਚੱਲੋ, ਕੋਈ ਗਾਲੀ ਨਹੀਂ ਹੈਗਾ ਭਾਈ, ਆਦੇ ਸਹਿਣਾ ਹੀ ਉੱਥੇ, ਗਾਲੀ ਨਾ ਕਰ ਵੀਰ, 70 ਦੀ ਸਪੀਡ ਤੇ ਜਾ ਰਹੇ ਹੋ ਜ਼ਿਆਦਾ ਨਹੀਂ, ਆਰਾਮ ਨਾਲ ਚੱਲੋ, ਤੂੰ ਤਾਂ ਸਾਡਾ ਫੋਨ ਹੀ ਤਾਂ ਮੈਂ ਚਾਹਦਾ, ਇਹਨੇ ਸਾਡੇ ਇੰਜਨ ਖਵਾ ਦੇਣਾ, ਬਾਹਰ ਆਰਾਮ ਨਾਲ ਜਾਂ ਸਵਾਲ ਨਾਲ ਚੱਲੋ, ਸਹੀ ਗੱਲ ਹੈ। ਲਓ ਜੀ ਹੁਣ ਪੈ ਗਿਆ ਸੀ ਭੀੜੀਆਂ ਗਲੀਆਂ ਜ਼ਰਾ,
ਸਹਾਰਨਪੁਰ ਹੈ ਸ਼ਹਿਰ ਸ਼ਹਿਰ ਇੱਥੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਯਾਰ ਬਾਜ਼ਾਰ 'ਚ, ਬਹੁਤ ਔਖਾ ਲੰਘਿਆ ਜਾਂਦਾ ਇੱਥੇ। ਬਾਕੀ ਨਾਲ ਦੇ ਆਪਣੇ ਅੱਗੇ ਨੇ, ਉਹ ਜਾ ਰਹੇ ਨੇ ਅੱਗੇ। ਹਰਿਦੁਆਰ ਦੇ ਅਸੀਂ ਰਾਹ ਪੈ ਗਏ ਹਾਂ, ਬਸ ਥੋੜ੍ਹਾ ਜਿਹਾ ਰਹਿ ਗਿਆ ਉੱਥੋਂ ਹਰਿਦੁਆਰ। ਅਸੀਂ ਹੁਣ ਰੋਕੇ ਸੀਗੇ ਰਸ ਪੀਣ ਲਈ, ਗਰਮੀ ਬਹੁਤ ਜ਼ਿਆਦਾ ਯਾਰ, ਪਿਆਸ ਵਾਰ ਵਾਰ ਲੱਗੀ ਜਾਂਦੀ ਹੈ। ਚੋਬਰ ਸਾਰੇ ਥੱਕ ਕੇ ਬੈਠੇ ਆ, ਰੈਸਟ ਕਰ ਰਿਹਾ। ਉੱਥੋਂ ਗਰਮੀ ਬਹੁਤ ਜ਼ਿਆਦਾ, ਧੁੱਪ ਦੇਖੋ ਕਿੰਨੀ ਤੇਜ਼ ਹੈ। ਅਤੇ ਕੰਨਾਂ ਨਾਲ ਰਸ ਪੀ ਕੇ ਆਪਣੇ ਸਫ਼ਰ ਵੱਲ ਨੂੰ ਹਰਿਦੁਆਰ ਜਾ ਕੇ ਉੱਥੇ ਇਸ਼ਨਾਨ ਕਰਦਾ ਯਾਰ। ਗਰਮੀ ਬਹੁਤ ਜ਼ਿਆਦਾ, ਕਿਉਂਕਿ ਠੰਡਾ ਪਾਣੀ ਆ ਪੂਰਾ, ਉਹਨੇ ਥਕਾਵਟ ਲਾਹਣੀ ਆ ਸਾਡੀ, ਗਰਮੀ ਪੂਰੀ ਉੱਤਰ ਜਾਣੀ ਹੈ। ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਹਰਿਦੁਆਰ ਹਰ ਹਰ ਪੌੜੀ। ਸੋ ਕੌਣ ਤੋਂ ਵੇਖੋ ਇੱਥੇ ਕਿੰਨੀ ਹੈ, ਕਿੰਨੀ ਸੰਗਤ ਆਈ ਹੈ ਇਸ਼ਨਾਨ ਕਰਨ। ਸਾਹਮਣੇ ਚੈੱਕ ਕਰੋ, ਸਾਰੇ ਘਰ ਪਾਣੀ ਵਿੱਚ ਨੇ। ਨਹਾਉਣਾ ਅਤੇ ਯਾਰ ਵੀ ਸਾਰੇ ਆਪਣੇ ਮੋਟਰਸਾਈਕਲ ਸਭ ਨੇ ਲਾਤੇ ਆ, ਅਤੇ ਹੁਣ ਕੱਪੜੇ ਕੱਪੜੇ ਖੋ ਰਹੇ, ਨਹਾਈਏ ਠੰਡੇ ਪਾਣੀ 'ਚ, ਗਰਮੀ ਲਾਈਏ। ਚਲੋ ਜੀ ਮੁੰਡੇ ਹੋਰ ਮਾਰ ਤੁਕੀ, ਵੀਰੂ ਖੜੇ ਨੇ ਇੱਥੇ ਰਾਖੀ ਲਈ ਹੈ। ਇਹਨੂੰ ਖੜਾਓ ਸਾਰੇ ਅਤੇ ਫਿਰ ਨਾ ਕੇ ਆਉਂਦੇ ਹਾਂ। ਉਹ ਚੈੱਕ ਕਰੋ ਸਾਹਮਣੇ, ਚਲੋ ਚਲੋ ਇਹਦੇ ਤਾਰੋ ਮੈਲ ਤਾਰੋ ਸਾਰੇ ਪਿੰਡਾਂ ਦੇ ਮੈਲ ਦੇਖੀ। ਹਾਂ ਮੈਲ ਮੈਲ ਦੇਖੋ ਇਹਦੇ, ਓਏ 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 ਮੈਲ ਤਾਰੋ ਇਹਦੇ ਸਾਰੇ, ਓਏ 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 ਮੂੰਹ ਕਰ ਤੇਰਾ। ਲਓ ਜੀ ਹਰਿਦੁਆਰ ਆਪਾਂ ਇਸ਼ਨਾਨ ਕਰ ਲਿਆ, ਅਤੇ ਮੁੰਡੇ ਨਾਲ ਦਿਆਂ ਨੇ ਸਾਰਿਆਂ ਨੇ ਵੀ ਇਸ਼ਨਾਨ ਕਰ ਲਿਆ, ਅਤੇ ਅਸੀਂ ਹੁਣ ਚੱਲਿਆ ਜੀ ਇੱਥੋਂ ਹਰਿਦੁਆਰ ਤੋਂ ਸਿੱਧਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ, ਜਿੱਥੇ ਹੇਮਕੋਟ ਸਾਹਿਬ ਗੁਰਦੁਆਰਾ ਰਿਸ਼ੀਕੇਸ਼ ਵਿੱਚ ਉੱਥੇ ਆ ਕੇ ਸਟੇਅ ਕਰਾਂਗੇ ਅਸੀਂ। ਜਾ ਕੇ ਰੂਮ ਦੇਖ ਦਿਓ ਤਾਂ ਪਹਿਲਾਂ ਸਾਨੂੰ ਰੂਮ ਮਿਲ ਜਾਵੇ ਛੇਤੀ, ਕਿਉਂਕਿ ਯਾਰ ਜੂਨ ਦਾ ਮਹੀਨਾ ਚੱਲ ਰਿਹਾ ਨਾ, ਕਰਾਊਡ ਬਹੁਤ ਹੈ, ਸੰਗਤ ਬਹੁਤ ਜ਼ਿਆਦਾ ਆਈ ਹੈ। ਬਾਕੀ ਜਾ ਕੇ ਦੇਖਦੇ, ਕੋਸ਼ਿਸ਼ ਕਰਦੇ ਉੱਥੇ ਰੂਮ ਮਿਲ ਜਾਵੇ ਸਾਨੂੰ, ਫਿਰ ਜਾ ਕੇ ਰੈਸਟ ਕਰਾਂਗੇ ਅਸੀਂ। ਰੈਸਟ ਕਰਕੇ ਉਸ ਤੋਂ ਬਾਅਦ ਅਸੀਂ ਅਤੇ ਸ਼ਾਮ ਨੂੰ ਫਿਰ ਘੁੰਮਣ ਫਿਰਨ ਜਾਵਾਂਗੇ ਰਿਸ਼ੀਕੇਸ਼ ਦੇ ਬਾਜ਼ਾਰ ਦੇ ਵਿੱਚ। ਅਤੇ ਮੁੰਡੇ ਸਾਰੇ ਰੈਡੀ ਆ, ਕੱਪੜੇ ਸੁੱਪੜੇ ਸਾਰਿਆਂ ਨੇ ਪਾ ਲਏ ਆ, ਬਸ ਜਾਮੇ ਵੀ ਰੈਡੀ ਆ, ਅਤੇ ਹੁਣ ਲੱਗਿਆ ਸੀ ਚੱਲਣਾ। ਲਓ ਜੀ ਫਾਈਨਲੀ ਪਹੁੰਚ ਚੁੱਕਿਆ ਸੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਜੋ ਰਿਸ਼ੀਕੇਸ਼ ਦੇ ਵਿੱਚ ਹੈ। ਟਾਈਮ ਨਾਲ ਹੀ ਪਹੁੰਚ ਗਏ ਅੱਜ ਅਸੀਂ, ਪਿਛਲੀ ਵਾਰ ਤਾਂ ਅਸੀਂ ਲੇਟ ਹੋ ਗਏ ਸੀਗੇ, ਸੋ ਜਾਂਦੇ ਅੰਦਰ ਦੇਖਦੇ ਹਾਂ ਕਮਰਾ ਮਿਲ ਗਿਆ ਤਾਂ ਬਹੁਤ ਵਧੀਆ, ਜਾ ਕੇ ਰੈਸਟ ਕਰੀਏ। ਸੋ ਗਰਮੀ ਬਹੁਤ ਜ਼ਿਆਦਾ, ਥੱਕੇ ਪਏ ਹਾਂ, 2-3 ਘੰਟੇ ਰੈਸਟ ਕਰ ਲਈਏ ਅਤੇ ਫਿਰ ਜਾ ਕੇ ਅਸੀਂ ਲੈ ਬਿਠਾ ਲਿਆ ਪਹਿਲਾਂ ਮੈਨੂੰ ਇਹ। ਸੋ ਚੱਲਿਆ ਹੁਣ ਅੰਦਰ ਐਂਟਰੀ ਕਰਨ ਲੱਗਿਆ ਸੀ। ਵਾਹਿਗੁਰੂ ਸੱਚੇ ਪਾਤਸ਼ਾਹ।
ਪਿੰਡ ਦੇ ਲਾਣੇ ਆਪਾਂ। ਚੱਲ 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 ਐਂਡ ਦੇ, ਐਂਡ ਦੇ ਉਹ ਉੱਥੇ ਲਾਣਾ ਪੌੜੀਆਂ ਕੋਲ। ਪਹੁੰਚ ਗਿਆ ਸ਼੍ਰੀ ਗੁਰਦੁਆਰਾ ਹੇਮਕੁੰਟ ਸਾਹਿਬ, ਫਾਈਨਲੀ ਟਾਈਮ ਨਾਲ ਹੀ ਪਹੁੰਚ ਗਿਆ ਜੀ। ਹਾਂ ਬੋਲੇ ਸੋਨੇਹਾਲ, ਸ਼ਾਮੇ ਲਾ ਦੋ ਯਾਰ, ਮੈਂ ਕਿਹਾ ਸ਼ਾਮੇ ਠੀਕ ਆ, ਸ਼ਾਮੇ ਸਹੀ ਹੈ, ਸ਼ਾਮੇ ਲਾ ਦੋ, ਫਿਰ ਟਾਈਮ ਨਾਲ ਕੱਢ ਲਾਂਗੇ ਆਪਾਂ। ਰਮਨ ਹੋਣੀ ਰਹਿ ਗਏ ਪਿੱਛੇ, ਸੋ ਬੈਗ ਬੁਗ ਲਾਹੁੰਦੇ ਹਾਂ ਅਤੇ ਦੋ ਬੰਦਿਆਂ ਨੂੰ ਭੇਜਦੇ ਹਾਂ ਪਹਿਲਾਂ ਰੂਮ ਲੱਭਣ ਲਈ, ਲਾਈਨ 'ਚ ਲਾਉਂਦੇ ਹਾਂ ਰੂਮ ਮਿਲ ਜਾਵੇ ਬਸ ਹੁਣ ਤਾਂ, ਕਿਉਂਕਿ ਧੁੱਪ ਬਹੁਤ ਜ਼ਿਆਦਾ ਯਾਰ, ਗਰਮੀ ਬਾਹਲੀ ਹੈ, ਏ ਸੀ ਵਾਲਾ ਰੂਮ ਮਿਲ ਜਾਵੇ ਤਾਂ ਰੈਸਟ ਕਰਦੇ ਹਾਂ ਆਰਾਮ ਨਾਲ ਦੋ ਤਿੰਨ ਘੰਟੇ। ਪਾਣੀ ਪੀ ਕੇ ਪਹਿਲਾਂ, ਪਿਆਸ ਲੱਗੀ ਯਾਰ ਬਹੁਤ, ਇਹਦਾ ਬੈਨੀਫਿਟ ਬਹੁਤ ਮਿਲਿਆ ਯਾਰ ਸਾਨੂੰ, ਆਰਾਮ ਨਾਲ ਢੂਹ ਲਾ ਕੇ ਆਇਆ। ਹੋਰ ਸੰਗਤ ਬਹੁਤ ਪਹੁੰਚੀ ਆ, ਬਾਕੀ ਅੱਧੇ ਸ਼ਾਮ ਨੂੰ ਆਣਗੇ। ਜਿਹੜੇ ਸਾਰੇ ਮੇਰੇ ਵੀਰ ਭਰਾ ਯਾਤਰਾ 'ਤੇ ਆਉਂਦੇ ਨੇ ਰਿਸ਼ੀਕੇਸ਼ ਦੇ ਵਿੱਚ ਜਿਹੜਾ ਗੁਰਦੁਆਰਾ ਹੇਮਕੁੰਟ ਸਾਹਿਬ, ਸੋ ਬਿਲਕੁਲ ਗੁਰਦੁਆਰੇ ਸਾਹਮਣੇ ਆ ਵੀਰੇ, ਉਹਨਾਂ ਨੇ ਇੱਕ ਲੀਚੀ ਦਾ ਇੱਥੇ ਜੂਸ ਲਾਇਆ ਸਿਰਫ 10 ਰੁਪਏ ਦਾ, ਅਤੇ ਬਹੁਤ ਹੀ ਘੈਂਟ ਸੀਗਾ ਜੂਸ ਵੀਰੇ ਦਾ, ਓਨਲੀ 10 ਰੁਪੀਸ, ਅਤੇ ਇੱਥੇ ਆਓ ਜ਼ਰੂਰ ਬਾਈ ਕੋਲ ਪੀ ਕੇ ਜਾਓ, ਸਿਰਫ 10 ਰੁਪਏ ਦਾ ਗਲਾਸ ਹੈ, ਸਵਾਦ ਆ ਜਾਓ ਮੈਂ ਤੁਹਾਨੂੰ, ਬਿਲਕੁਲ ਓਰੀਜਨਲ ਹੈ, ਕੋਈ ਫੇਕ ਨਹੀਂ, ਅਤੇ ਸਾਰੇ ਜ਼ਰੂਰ ਛੱਕ ਕੇ ਆਇਓ। ਲਓ ਜੀ ਮਿੱਤਰੋ, ਰੂਮ ਆਪਾਂ ਲੈ ਲਿਆ, ਸਾਨੂੰ ਮਿਲਿਆ 216 ਨੰਬਰ ਰੂਮ, ਅਤੇ ਬੈਗ ਆਪਣੇ ਸਾਰੇ ਚੱਕੇ ਨੇ ਆਪਾਂ, ਅਤੇ ਹੁਣ ਅਸੀਂ ਚੱਲਿਆ ਸਿੱਧਾ ਆਪਣੇ ਰੂਮ 'ਚ, ਹੁਣ ਲੱਭਦੇ ਹਾਂ ਜਾ ਕੇ 216 ਨੰਬਰ ਕਿੱਥੇ ਹੈ। ਸੋ ਫਾਈਨਲੀ ਰੂਮ ਮਿਲ ਗਿਆ ਜੀ ਸਾਨੂੰ ਏ ਸੀ ਵਾਲਾ, ਅਤੇ ਹੁਣ ਰੈਡੀ ਸ਼ੈਡੀ ਹੋ ਕੇ ਨਿਕਲਿਆ ਜੀ, ਅਤੇ ਭੁੱਖ ਬਹੁਤ ਜ਼ਿਆਦਾ ਲੱਗੀ ਅਸੀਂ ਦੁਪਹਿਰ ਦੀ ਉੱਥੇ ਹੀ ਢਾਬੇ 'ਤੇ, ਤੁਹਾਨੂੰ ਪਤਾ ਹੀ ਹੈ ਅਸੀਂ ਉੱਥੇ ਹੀ ਲੰਚ ਕਰਿਆ ਸੀਗਾ, ਉਸ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਚੱਲਿਆ ਲੰਗਰ ਪਾਣੀ ਛਕਦੇ ਹਾਂ, ਅਤੇ ਬਾਕੀ ਮੱਥਾ ਵੀ ਟੇਕ ਲੈਂਦੇ ਹਾਂ ਜੇ ਟਾਈਮ ਮਿਲਿਆ, ਅਤੇ ਬਾਕੀ ਹੁਣ ਬਾਜ਼ਾਰ ਚੱਲੇ ਹਾਂ। ਅਸੀਂ ਚੱਲੇ ਹਾਂ ਰਾਮ ਝੂਲਾ ਦੇਖਣ, ਅਤੇ ਨਾਲ ਮੁੰਡੇ ਦੋ ਤਿੰਨ ਜਿਹੜੇ ਉਹ ਪਹਿਲੀ ਵਾਰ ਆਏ ਨੇ, ਉਹਨੂੰ ਰਾਮ ਝੂਲਾ ਦਿਖਾਇਆ ਇੱਥੇ ਚਲੋ ਦੇਖਿਆ ਹੋਇਆ, ਹੁਣ ਅਸੀਂ ਰਾਮ ਝੂਲੇ ਦਾ ਕੋਲ ਜਾ ਰਹੇ ਹਾਂ, ਅਤੇ ਜਾ ਕੇ ਉੱਥੇ ਦੇਖਦੇ ਹਾਂ ਕਿੰਨੀ ਕੁ ਰੌਣਕ ਹੈ, ਅਤੇ ਟ੍ਰੈਫਿਕ ਤਾਂ ਇੱਥੇ ਯਾਰ ਹਰ ਵਾਰ ਇੱਦਾਂ ਹੀ ਹੁੰਦੀ ਹੈ, ਉਹ ਸਿੰਗਲ ਰੋਡ ਹੈ ਇੱਥੇ ਤਾਂ ਟ੍ਰੈਫਿਕ ਇੱਦਾਂ ਹੀ ਰਹਿੰਦੀ ਹੈ, ਆਹ ਚੈੱਕ ਕਰੋ ਟ੍ਰੈਫਿਕ ਦਾ ਬੁਰਾ ਹਾਲ ਹੈ ਇੱਥੇ। ਅੱਜ ਚੱਲੇ ਸੀ ਰਾਮ ਝੂਲੇ ਦੇ, ਅਤੇ ਭੀੜ ਦੇ ਉੱਪਰ ਅੱਜ ਕਿੰਨੀ ਜ਼ਿਆਦਾ ਪਤਾ ਨਹੀਂ ਅੱਜ ਕੀ ਹੈ ਇੱਥੇ, ਆਈ ਡੋਂਟ ਨੋ, ਸੋ ਉਸ ਤੋਂ ਬਸ ਆਪਣਾ ਇੰਜੋਏ ਕਰਨ ਆਇਆ ਅਸੀਂ ਇੱਥੇ, ਨਾਲ ਦੇ ਮੁੰਡੇ ਨਵੇਂ ਆਏ ਹਨ ਦਿਖਾਉਣ ਆਏ ਅੱਜ, ਅਤੇ ਦੇਖਣਾ ਚਾਹੁੰਦੇ ਸੀ ਕਹਿੰਦੇ ਰਾਮ ਝੂਲਾ ਕੀ ਹੁੰਦਾ, ਮੈਂ ਕਿਹਾ ਚਲੋ ਸਾਹਮਣੇ ਰਾਮ ਝੂਲਾ, ਇੰਡੀਆ
ਸਵਾਦ ਆ ਰਿਹਾ ਕਿ ਨਹੀਂ? ਪਹਿਲੀ ਵਾਰ ਆਇਆ ਮੁੰਡਾ, ਸਵਾਦ ਆ ਗਿਆ ਪੂਰਾ, ਪੂਰਾ ਸਵਾਦ ਹੈ। ਪਹਿਲੀ ਵਾਰ ਆਏ ਨੇ ਮੁੰਡੇ ਇਹ। ਪਹੁੰਚ ਗਿਆ ਜੀ ਅਸੀਂ ਰਾਮ ਝੂਲੇ ਦੇ। ਸੋ ਵਿਊ ਦੇਖੋ ਇੱਥੋਂ ਸਾਰਾ। ਸੋ ਸਾਰਾ ਅਸੀਂ ਬਾਜ਼ਾਰ ਵਗੈਰਾ ਘੁੰਮਾਂਗੇ ਰਾਮ ਝੂਲਾ। ਸੋ ਹੁਣ ਅਸੀਂ ਚੱਲੇ ਆਪਣੇ ਰੂਮ ਦੇ ਵਿੱਚ, ਕਿਉਂਕਿ ਬਹੁਤ ਥੱਕੇ ਪਏ ਹਾਂ। ਸਵੇਰ ਦਾ ਸਫ਼ਰ ਬਹੁਤ ਜ਼ਿਆਦਾ ਲੰਬਾ ਹੈ, 2 ਵਜੇ ਘਰ ਦਾ। ਇੱਥੋਂ 287 ਕਿਲੋਮੀਟਰ ਅਰਾਊਂਡ ਹੈ। ਅਤੇ ਚਲੋ ਫਿਰ ਅੱਜ ਵੀਡੀਓ ਆਪਣੀ ਇੱਥੇ ਰੱਖੀ ਸੀਗੀ। ਅਤੇ ਵੀਡੀਓ ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦਾ ਤੁਹਾਨੂੰ ਕੱਲ੍ਹ ਵਾਲੇ ਨਵੇਂ ਵਲੌਗ 'ਚ। ਓਕੇ ਬਾਏ, ਰੱਬ ਰੱਖਾ।